ਇਸ ਵੇਲੇ ਦੀ ਵੱਡੀ ਖਬਰ ਪਟਿਆਲਾ ਦੇ ਰਜਿੰਦਰਾ ਹਸਪਤਾਲ ਤੋਂ ਆ ਰਹੀ ਹੈ, ਜਿੱਥੇ ਕਾਫੀ ਦਿਨਾਂ ਤੋਂ ਪੱਕੇ ਨਾ ਕਰਨ ਕਰਕੇ ਨਰਸਾਂ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੀਆਂ ਨੇ ਤੇ ਸਰਕਾਰ ਵੱਲੋਂ ਮੰਗਾਂ ਨਾ ਪੂਰੀਆਂ ਕਰਨ ਤੇ SS ਤੇ ਦਫ਼ਤਰ ਦੀ ਛੱਤ ਉੱਪਰ ਧਰਨੇ ਤੇ ਬੈਠੀਆਂ ਨਰਸਾਂ ਨੇ ਛਾਲ ਮਾਰ ਦਿੱਤੀ, ਜਿਨ੍ਹਾਂ ਦਾ ਨਾਮ ਕਰਮਜੀਤ ਕੌਰ ਔਲਖ ਤੇ ਬਲਜੀਤ ਕੌਰ ਖਾਲਸਾ ਦੱਸਿਆ ਜਾ ਰਿਹਾ ਹੈ। ਜ਼ਿੰਮੇਵਾਰ ਚੈਨਲ ਹੋਣ ਦੇ ਨਾਤੇ ਅਸੀਂ ਤੁਹਾਨੂੰ ਨਰਸਾਂ ਦੀ ਛੱਤ ਤੋਂ ਛਾਲ ਮਾਰਨ ਦੀ ਵੀਡੀਓ ਨਹੀਂ ਦਿਖਾ ਸਕਦੇ। ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਅੱਜ ਇਹਨਾਂ ਦੀ ਮੀਟਿੰਗ ਨਹੀਂ ਹੋਈ, ਜਿਸ ਦੇ ਚੱਲਦੇ ਇਹਨਾਂ ਦੋਵਾਂ ਨਰਸਾਂ ਨੇ ਛਾਲ ਮਾਰ ਦਿੱਤੀ, ਜਿਸ ਤੋਂ ਤੁਰੰਤ ਬਾਅਦ ਦੋਵੇਂ ਨਰਸਾਂ ਨੂੰ ਰਜਿੰਦਰਾ ਹਸਪਤਾਲ ਦੀ ਐਮਰਜੈਂਸੀ ਵਿੱਚ ਲਿਜਾਇਆ ਗਿਆ, ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਨਰਸਾਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਕਰਦੀ ਤਾਂ ਉਹ ਛੱਤ ਤੋਂ ਛਾਲ ਮਾਰ ਦੇਣਗੀਆਂ। ਪਟਿਆਲਾ ਤੋਂ ਅਨਿਲ ਠਾਕੁਰ ਦੀ ਰਿਪੋਰਟ। ਮੇਰਾ ਨਾਮ ਜਸਮੀਤ ਕੌਰ ਹੈ ਜੀ। ਸਾਡੇ ਜਿਹੜਾ ਸੰਘਰਸ਼ ਸੀ ਉਹ ਪਿਛਲੇ 23-24 ਦਿਨਾਂ ਤੋਂ ਚੱਲ ਰਿਹਾ ਸੀਗਾ ਅਤੇ ਸਾਡੇ ਪ੍ਰਧਾਨ ਕਰਮਜੀਤ ਕੌਰ ਔਲਖ ਅਤੇ ਬਲਜੀਤ ਕੌਰ ਖਾਲਸਾ ਉੱਪਰ ਬੈਠੇ ਸੀ, 23 ਦਿਨ ਹੋ ਗਏ ਸੀ ਉਹਨਾਂ ਨੂੰ ਉੱਪਰ ਬੈਠਿਆਂ ਨੂੰ, ਅਤੇ ਉਹਨਾਂ ਨੇ ਬਹੁਤ ਸਾਨੂੰ ਮਤਲਬ ਸਾਡੀ ਸਿਰਫ ਇੱਕ ਇਹ ਮੰਗ ਸੀਗੀ ਕਿ ਸਾਨੂੰ ਰੈਗੂਲਰ ਕੀਤਾ ਜਾਵੇ, ਬਟ ਸਰਕਾਰ ਨੇ ਸਾਡੇ ਨਾਲ ਮਜ਼ਾਕ ਕਰਦਿਆਂ ਇੱਕ ਮੀਟਿੰਗ ਜ਼ਰੂਰ ਦਿੱਤੀ ਸੀ, ਪਰ ਸਾਡੇ 6 ਬੰਦੇ ਜਦੋਂ ਅੱਜ ਮੀਟਿੰਗ 'ਤੇ ਪਹੁੰਚੇ ਤਾਂ ਉਹਨਾਂ ਨੇ ਕਿਹਾ ਕਿ ਅੱਜ ਮੀਟਿੰਗ ਜਿਹੜੀ ਹੋਏਗੀ ਸੀ ਉਹ ਪੋਸਟਪੋਨ ਕਰ ਦਿੱਤੀ ਗਈ ਹੈ। ਮੈਂ ਪਰ ਉਹਨਾਂ ਨੇ ਸਾਡੇ ਨਾਲ ਇੱਕ ਤਰ੍ਹਾਂ ਦਾ ਮਜ਼ਾਕ ਕੀਤਾ, ਬਹੁਤ ਜ਼ਿਆਦਾ ਗੰਦਾ ਮਜ਼ਾਕ ਸੀਗਾ, ਇਸ ਕਰਕੇ ਮਜਬੂਰਨ ਸਾਡੇ ਪ੍ਰਧਾਨ ਨੂੰ ਕਰਮਜੀਤ ਕੌਰ ਔਲਖ ਅਤੇ ਬਲਜੀਤ ਕੌਰ ਖਾਲਸਾ ਦੋਨੋਂ ਜਣਿਆਂ ਨੇ ਛਾਲ ਮਾਰ ਦਿੱਤੀ ਹੈ, ਪਰ ਹਜੇ ਤੱਕ ਸਾਨੂੰ ਉਹਨਾਂ ਦੀ ਕੰਡੀਸ਼ਨ ਦਾ ਕੁਛ ਨਹੀਂ ਪਤਾ ਲੱਗਾ ਕਿ ਉਹ ਕਿੱਦਾਂ ਨੇਗੇ, ਕਿਉਂਕਿ ਐਮਰਜੈਂਸੀ ਦੇ ਵਿੱਚ ਪ੍ਰਸ਼ਾਸਨ ਸਾਨੂੰ ਨਹੀਂ ਜਾਣ ਦੇ ਰਿਹਾ। ਪਰ ਇਹ ਜੋ ਵੀ ਹੈ, ਜੇ ਬਾਈ ਚਾਂਸ ਉਹਨਾਂ ਦੋਨਾਂ ਨੂੰ ਕੋਈ ਵੀ ਨੁਕਸਾਨ ਹੁੰਦਾ ਜਾਂ ਉਹਨਾਂ ਨੂੰ ਕੁਛ ਵੀ ਹੋ ਜਾਂਦਾ ਗਾ ਤਾਂ ਉਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ, ਅਤੇ ਕਿਉਂਕਿ ਅਸੀਂ ਇੱਕੋ ਮੰਗ ਰੱਖੀ ਸੀ ਕਿ ਸਿਰਫ ਸਾਨੂੰ ਜਿੰਨੀ ਅਸੀਂ ਮੌਜੂਦਾ ਤਨਖਾਹ ਲੈ ਰਹੇ ਹਾਂ ਕਿ ਉਹਨੇ ਤਾਂ ਸਾਨੂੰ ਰੈਗੂਲਰ ਕੀਤਾ ਜਾਵੇ, ਪਰ ਸਰਕਾਰ ਨੇ ਸਾਡੀ ਕੋਈ ਮੰਗ ਨਹੀਂ ਮੰਨੀ, ਇਸੇ ਕਰਕੇ ਮਜਬੂਰਨ ਉਹਨਾਂ ਨੂੰ ਛਾਲ ਮਾਰਨੀ। ਪੁਜੀਸ਼ਨ ਡਾਕਟਰਸ ਦੇ ਮੁਤਾਬਕ ਉਹ ਦੋਨੇ ਹਜੇ ਸਟੇਬਲ ਹੈ, ਉਹਨਾਂ ਨੂੰ ਚੈੱਕਅਪ ਕਰ ਰਹੇ ਆ, ਜੋ ਬੈਸਟ ਫੈਸਿਲਿਟੀਜ਼ ਉਹ ਦੇ ਰਹੇ ਆ। ਕੋਈ ਇੰਜਰੀਸ ਨਹੀਂ ਉਹ ਡਾਕਟਰਸ ਦੱਸਣਗੇ, ਪਰ ਡਾਕਟਰਸ ਨੇ ਫਿਲਹਾਲ ਇਹ ਦੱਸਿਆ ਵੀ ਦੋਨੇ ਸਟੇਬਲ। ਠੀਕ ਸਰ, ਥੈਂਕ ਯੂ। ਇਸ ਮਾਮਲੇ ਉੱਤੇ ਆਪ ਪੰਜਾਬ ਪ੍ਰਧਾਨ ਭਗਵੰਤ ਮਾਨ ਦਾ ਕੀ ਕਹਿਣਾ ਹੈ, ਤੁਸੀਂ ਖੁਦ ਹੀ ਸੁਣ ਲਵੋ। ਹਾਂਜੀ ਮਾਨ ਸਾਹਿਬ, ਜੋ ਨਰਸਾਂ ਐਜੀਟੇਸ਼ਨ ਕਰ ਰਹੀਆਂ ਸੀ ਅਤੇ ਅੱਜ ਉਹ ਪਟਿਆਲਾ ਦੇ ਜੋ ਪ੍ਰੋਟੈਸਟ ਕਰ ਰਹੀਆਂ ਸਨ ਰਜਿੰਦਰ ਹਸਪਤਾਲ ਦੇ ਵਿੱਚ, ਉਹ ਅੱਜ ਛਾਲ ਲਗਾ ਚੁੱਕੀਆਂ ਨੇ ਛੱਤ ਤੋਂ, ਅਤੇ ਇਸ ਬਾਰੇ ਤੁਹਾਡਾ ਕੀ ਕਹਿਣਾ, ਜਿਸਦੇ ਵਿੱਚ ਦੋ ਨਰਸਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਦੇਖੋ, ਬਹੁਤ ਹੀ ਦੁਖਦਾਇਕ ਗੱਲ ਹੈ ਕਿ ਅੱਜ ਜਿਹੜਾ ਸਾਰਾ ਪੰਜਾਬ ਹੈ ਉਹ ਸੜਕਾਂ ਤੇ ਹੈ ਤੇ ਸਰਕਾਰ ਜਿਹੜੀ ਉਹ ਮਹਿਲਾਂ ਦੇ ਵਿੱਚ ਸੁੱਤੀ ਪਈ ਹੈ। ਔਰ ਇਸ ਤੋਂ ਪਹਿਲਾਂ ਟੀਚਰਾਂ ਤੇ ਪਟਿਆਲਾ ਦੇ ਵਿੱਚ ਬਹੁਤ ਲਾਠੀਚਾਰਜ ਹੋਇਆ, ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਲੇਡੀਜ਼ ਨੂੰ ਸੱਟਾਂ ਫੇਟਾਂ ਲੱਗੀਆਂ ਤੇ ਉਹਨਾਂ ਨੂੰ ਮਿਲਣ ਦਾ ਟਾਈਮ ਨਹੀਂ ਦਿੱਤਾ ਜਾ ਰਿਹਾ, ਗੱਲਬਾਤ ਕਰਕੇ ਉਹਨਾਂ ਦਾ ਮਸਲਾ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ, ਸਕੂਲਾਂ ਚ ਪੁਲਿਸ ਭੇਜੀ ਜਾ ਰਹੀ ਹੈ ਪਰ ਉਹ ਪੰਜਾਬ ਨੂੰ ਜ਼ਬਰਦਸਤੀ ਲਾਗੂ ਕਰਿਆ ਜਾ ਰਿਹਾ। ਨਰਸਾਂ ਜਿਹੜੀਆਂ ਨੇ ਉਹ ਆਪਣੀਆਂ ਮੰਗਾਂ ਲਈ ਜਿਹੜੀਆਂ ਛੱਤ ਤੇ ਚੜ੍ਹ ਕੇ ਪ੍ਰੋਟੈਸਟ ਕਰ ਰਹੀਆਂ ਤੇ ਉਹ ਤੁਸੀਂ ਹੁਣ ਇਹ ਬਹੁਤ ਦੁਖਦਾਇਕ ਨਿਊਜ਼ ਦੇ ਰਹੇ ਹੋ ਕਿ ਉਹਨਾਂ ਚੋਂ ਟੋਕ ਨੂੰ ਕੋਈ ਅਖਬਾਰਾਂ ਚ ਨਾਮ ਛਪਾਉਣ ਜਾਂ ਟੀਵੀ ਤੇ ਫੋਟੋ ਛਪਾਉਣ ਤਾਂ ਆਈਆਂ ਨੀ, ਉਹ ਪ੍ਰੋਟੈਸਟ ਉਹਨਾਂ ਦਾ ਮੰਗਾਂ ਵਾਸਤੇ ਹੈ। ਮਤਲਬ ਮੈਂ ਹੈਰਾਨ ਹਾਂ ਕਿ ਨਾਰੇ ਇਸ ਤਰ੍ਹਾਂ ਦੇ ਚੱਲ ਰਹੇ ਨੇ ਜੋ ਪਹਿਲਾਂ ਕਦੇ ਨੀ ਸੁਣੇ ਸੀ ਕਿ ਸਾਨੂੰ ਰੋਜ਼ਗਾਰ ਦਿਓ ਤਾਂ ਗੋਲੀ ਮਾਰ ਦਿਓ। ਇਹ ਬਹੁਤ ਹੀ ਸਰਕਾਰਾਂ ਦੀ ਸ਼ਰਮ ਦੀ ਗੱਲ ਹੈ, ਵਿਰੋਧੀ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਇਹ ਮੰਗ ਕਰੂੰਗਾ ਸਰਕਾਰ ਤੋਂ ਕਿ ਇਮੀਡੀਏਟਲੀ ਜਿਹੜੇ ਕੰਸਰਨ ਅਧਿਕਾਰੀ ਨੇ ਜਿਨ੍ਹਾਂ ਦੇ ਨਾਲ ਉਹ ਗੱਲਬਾਤ ਕਰਕੇ ਉਹਨਾਂ ਦੀਆਂ ਮੰਗਾਂ ਮੰਨੀਆਂ ਜਾ ਸਕਦੀਆਂ, ਮੰਗਾਂ ਮੰਨੋ ਤਾਂ ਕਿ
ਮੈਂ ਦੁਆ ਵੀ ਕਰੂੰਗਾ, ਅਰਦਾਸ ਵੀ ਕਰੂੰਗਾ ਉਹਨਾਂ ਦੇ ਜਲਦੀ ਠੀਕ ਹੋਣ ਦੀ। ਇਸ ਤਰ੍ਹਾਂ ਦੇ ਸਟੈਪ ਚੁੱਕਣੇ ਪੈ ਰਹੇ ਨੇ ਸਾਡੇ ਯੂਥ ਨੂੰ, ਨੌਜਵਾਨਾਂ ਨੂੰ, ਜਾਂ ਨਰਸਾਂ ਨੂੰ, ਡਾਕਟਰਾਂ ਨੂੰ, ਟੀਚਰਾਂ ਨੂੰ, ਜੋ ਕਿ ਪਹਿਲਾਂ ਕਦੇ ਨੀ ਇਸ ਤਰ੍ਹਾਂ ਦਾ ਸੁਣਿਆ ਗਿਆ ਸੀ। ਇਹ ਸਰਕਾਰਾਂ ਦੀ ਸ਼ਰਮ ਦੀ ਗੱਲ ਹੈ। ਤੇ ਇੱਕ ਤੁਹਾਡੇ ਮਾਮਲੇ ਦੇ ਵਿੱਚ ਧਿਆਨ ਦੇ ਵਿੱਚ ਹੋਰ ਲਿਆਉਂਦਾ ਕਿ ਇਹ ਨਰਸਾਂ ਵੱਲੋਂ ਕਾਫੀ ਲੰਬੇ ਸਮੇਂ ਤੋਂ ਅਲਟੀਮੇਟਮ ਦਿੱਤਾ ਗਿਆ ਸੀ ਵੀ ਅਸੀਂ ਛਾਲ ਲਗਾ ਦਾਂਗੇ, ਪਰ ਸਰਕਾਰ ਜਾਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਕੋਈ ਕੰਸਰਨ ਨਹੀਂ ਕੀਤਾ ਗਿਆ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਇਹ ਗੱਲ ਨਾ ਇੱਕ ਵਾਰੀ ਮਾਮਲੇ ਨੂੰ ਠੰਡੇ ਵਾਸਤੇ ਚ ਪਾਰਟੀ, ਉਸ ਤੋਂ ਬਾਅਦ ਉਹਨਾਂ ਨਾਲ ਦੁਬਾਰਾ ਗੱਲ ਹੀ ਨੀ ਕਰਦੇ। ਮੈਂ ਵੀ ਪਹਿਲਾਂ ਅਰਵਿੰਦ ਕੇਜਰੀਵਾਲ ਜੀ ਵੀ ਪਹਿਲਾਂ ਉੱਥੇ ਜਦੋਂ ਆਏ ਸੀ, ਜਦੋਂ ਇਹ ਗੇਟ ਤੇ ਜਿਹੜੀਆਂ ਨਰਸਾਂ ਦਾ ਧਰਨਾ ਸੀਗਾ ਉਸ ਵੇਲੇ ਰਜਿੰਦਰਾ ਤੇ, ਉਦੋਂ ਵੀ ਜਿਹੜਾ ਭਾਖੜਾ ਨਹਿਰ ਛਾਲ ਮਾਰਨ ਦੀਆਂ ਵੀ ਉਸ ਵੇਲੇ ਉਹ ਅਫਵਾਹਾਂ ਚੱਲੀਆਂ ਸੀ। ਸੋ ਉਹਨਾਂ ਨੂੰ ਕਿਉਂ ਇਹ ਸਟੈਪ ਲੈਣੇ ਪੈ ਰਹੇ ਨੇ, ਇਸ ਗੱਲ ਦਾ ਕਿਉਂ ਨੀ ਸਰਕਾਰ ਉਹਨਾਂ ਨਾਲ ਬਹਿ ਕੇ ਗੱਲ ਕਰਦੀ, ਉਹਨਾਂ ਯੂਨੀਅਨ ਦੇ ਲੀਡਰਾਂ ਨਾਲ, ਜਾਂ ਜਿਹੜੇ ਉਹਨਾਂ ਦੀਆਂ ਉਹਨਾਂ ਦੀ ਸੰਸਥਾ ਹੈਗੀ ਹੈ, ਜੋ ਉਹਨਾਂ ਦੀ ਜੋ ਯੂਨੀਅਨ ਹੈ, ਉਹਨਾਂ ਨਾਲ ਗੱਲ ਕਰਕੇ ਮਾਮਲਾ ਗੱਲਬਾਤ ਰਾਹੀਂ ਹੱਲ ਹੋਊਗਾ। ਜੇ ਤੁਸੀਂ ਅਸੀਂ ਕਹਿ ਰੱਖਿਆ ਕਿ ਲੋਕ ਮਰਦੇ ਆ ਤਾਂ ਮਰਨ, ਤਾਂ ਫਿਰ ਇਹ ਬਹੁਤ ਹੀ ਦੁਖਦਾਇਕ ਗੱਲ ਹੈ। ਕੈਪਟਨ ਸਾਹਿਬ ਨੂੰ ਵੋਟਾਂ ਪਾ ਕੇ ਉਹ ਲੋਕਾਂ ਨੇ ਬਹੁਮਤ ਉਮੀਦਾਂ ਨਾਲ ਉਹਨਾਂ ਨੂੰ ਬਹੁਮਤ ਦਿੱਤਾ ਸੀਗਾ। ਕੰਧਾਂ ਤੇ ਅੱਜ ਵੀ ਲਿਖਿਆ ਪਿਆ ਕਿ ਅਸੀਂ ਰੋਲ ਘਰ ਦੇਵਾਂਗੇ, ਘਰ ਘਰ ਨੌਕਰੀ ਦੇਵਾਂਗੇ, ਕਰਜ਼ੇ ਮਾਫ਼ ਕਰਾਂਗੇ। ਵੱਡੇ ਵੱਡੇ ਵਾਅਦੇ ਕੀਤੇ ਕਿ ਅੱਜ ਉਹ ਨਵੇਂ ਰੋਜ਼ਗਾਰ ਪੈਦਾ ਕਰਨ ਦੀ ਗੱਲ ਛੱਡੋ, ਜੋ ਹੈਗੇ ਨੇ ਉਹ ਉਹਨਾਂ ਦੀਆਂ ਮੰਗਾਂ ਵੱਲ ਵੀ ਧਿਆਨ ਨਹੀਂ ਦੇ ਰਹੇ। ਤੇ ਮੈਂ ਜ਼ੋਰਦਾਰ ਤਰੀਕੇ ਨਾਲ ਸਾਡੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਹਰਪਾਲ ਚੀਮਾ ਜੀ, ਮੈਂ ਉਹਨਾਂ ਨੂੰ ਵੀ ਕਹੂੰਗਾ ਮੈਂ ਕਿ ਉਹ ਕੰਸਰਨ ਜਿਹੜੇ ਮਿਨਿਸਟਰ ਨੇ, ਹੈਲਥ ਮਿਨਿਸਟਰ ਨੇ ਜੀ, ਬਲਕਿ ਹੈਲਥ ਮਿਨਿਸਟਰ ਵੀ ਪਟਿਆਲਾ ਤੋਂ ਹੀ ਨੇ, ਮੁੱਖ ਮੰਤਰੀ ਸਾਹਿਬ ਖੁਦ ਪਟਿਆਲਾ ਤੋਂ ਨੇ ਜੀ, ਤੋਂ ਆਪਦੇ ਸ਼ਹਿਰ ਦੇ ਵਿੱਚ ਜੇ ਉਹ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰਨਗੇ ਤਾਂ ਫਿਰ ਬਾਕੀ ਪੰਜਾਬ ਦਾ ਕੀ ਹਾਲ ਹੋਊਗਾ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ ਤਮਾਮ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ।